ਸਾਡਾ ਭਰਾ ਆਉਂਦਾ ਨਾ ਮਨਦੀਪ, ਲਾਈਵ ਬੱਟ ਕੱਢਦੇ ਨੇ ਸੀਗੇ, ਬਾਬੂ ਜੀ ਇੱਥੇ ਹੈ ਨਹੀਂ ਹੁਣ। ਆਹ ਲਓ ਜੀ ਸੱਤ ਸਮੁੰਦਰੋਂ ਪਾਰ ਮੈਗਜ਼ੀਨ ਜਿਹੜੀ ਹੈਗੀ ਆ, ਇੰਦਰਜੀਤ ਜੀ ਮੇਰੇ ਦੋਸਤ ਨੇ, 25 ਵਰਿਆਂ ਦੇ ਹੋਵਾਂਗੇ ਉਸ ਵੇਲੇ, ਮੈਂ ਅਖਬਾਰ ਕੱਢਦਾ ਸੀਗਾ ਅਤੇ ਮੈਗਜ਼ੀਨ ਕੱਢਣ ਲੱਗ ਗਏ। ਮੇਰੀ ਅਖਬਾਰ ਸੀਗੀ ਆਧੁਨਿਕ ਜੀਵਨ ਲੀਲਾ, ਵਿਚਾਰੀ ਕ੍ਰਾਂਤੀ ਕੇ ਲਈ ਸਮਾਚਾਰ ਪੱਤਰ ਪੜ੍ਹੇ, ਆਧੁਨਿਕ ਜੀਵਨ ਲੀਲਾ ਇਹ ਕਹਿੰਦੇ ਸੀਗੇ ਸੱਤ ਸਮੁੰਦਰੋਂ ਜੇ ਪਾਰ ਜਾਣਾ ਹੈਗਾ ਤਾਂ ਮੇਰੀ ਮੈਗਜ਼ੀਨ ਪੜ੍ਹੋ, ਨਾ ਤਾਂ ਇਹ ਸੱਤ ਸਮੁੰਦਰੋਂ ਪਾਰ ਜਾ ਸਕੇ ਅਤੇ ਨਾ ਹੀ ਮੈਂ ਲੋਕਾਂ ਦੇ ਵਿਚਾਰ ਬਦਲ ਸਕਿਆ। ਅਤੇ ਇਹ ਕਹਿੰਦੇ ਵੀ ਸੋਸ਼ਲ ਮੀਡੀਆ ਜਿਹੜਾ ਹੈਗਾ ਵਾ ਅੱਜ ਕੱਲ੍ਹ ਬੜਾ ਐਡਵਾਂਸ ਹੋ ਗਿਆ ਹੈਗਾ ਵਾ, ਕਿਉਂਕਿ ਸਾਡੀ ਕੋਈ ਅਖਬਾਰ ਪੜ੍ਹਦਾ ਨਾ ਕੋਈ ਮੈਗਜ਼ੀਨ ਦੇਖਦੇ। ਅੱਜ ਸਵੇਰੇ ਉੱਠਦੇ ਬੰਦਾ ਦੇਖਦਾ ਵਾ ਉਂਗਲੀਆਂ ਜੀ ਮਾਰਦੇ ਹੈਗੇ ਆ, ਕੁਛ ਨਾ ਕੁਛ ਕੱਢ ਲੈਂਦੇ ਹੈਗੇ ਆ। ਅਤੇ ਦੋਸਤੋ ਜ਼ਿੰਦਗੀ ਦੀ ਰਫ਼ਤਾਰ ਐਵੇਂ ਚੱਲਦੀ ਰਹਿੰਦੀ ਹੈਗੀ ਆ, ਜੇ ਤੁਸੀਂ ਜ਼ਿੰਦਗੀ 'ਚ ਕੁਛ ਕਰੋਗੇ ਨਾ ਤਾਂ ਹੀ ਉਹ ਅੱਗੇ ਵਧੋਗੇ। ਕਈ ਲੋਕ ਕਹਿੰਦੇ ਅਸੀਂ ਅਮਰ ਹੋ ਜਾਵਾਂਗੇ, ਸਾਡਾ ਨੌਨ ਹੋ ਜਾਵਾਂਗੇ, ਸਾਨੂੰ ਲੋਕ ਬੜੇ ਯਾਦ ਰੱਖੇ ਨੇ, ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਹੈਗਾ। ਟਾਈਮ ਦੇ ਨਾਲ ਹਰ ਕੋਈ ਭੁੱਲ ਜਾਂਦਾ, ਜਿਹੜੇ ਬੰਦੇ ਹੁੰਦੇ ਆ, ਕਿੰਨੇ ਮੁੱਖ ਮੰਤਰੀ ਸੀ ਪੰਜਾਬ ਦੇ ਕੋਈ ਨਹੀਂ ਜਾਣਦਾ, ਪਹਿਲੇ ਦਾ ਦੂਜੇ ਤੀਜੇ ਨਾਲ ਲੋਕ ਭੁੱਲ ਚੁੱਕੇ ਨੇ। MLA ਕਿੰਨੇ ਸੀਗੇ ਕੋਈ ਨਹੀਂ ਜਾਣਦਾ, ਕੋਈ ਅਮਰ ਨਹੀਂ ਹੁੰਦੇ ਯਾਰ। ਲਾਲੇ ਕਿੰਨੇ ਸੀ ਲੁਧਿਆਣੇ 'ਚ, ਕੋਈ ਅਮਰ ਨਹੀਂ ਹੁੰਦਾ ਹੈਗਾ। ਇਹ ਤੁਹਾਡੇ ਮਨ ਦਾ ਵਹਿਮ ਆ ਯਾਰ, ਜਿੱਦਾਂ ਤੁਸੀਂ ਆਏ ਉਦੋਂ ਟੁਰ ਜਾਣਾ ਹੈਗਾ ਵਾ। ਬੇਈਮਾਨੀਆਂ, ਠੱਗੀਆਂ, ਠੋਰੀਆਂ, ਹੈਂ ਮੇਰਾ ਮੇਰਾ ਕਰਦੇ ਕਰਦੇ ਤੁਸੀਂ ਚਲੇ ਜਾਣਾ ਹੈਗਾ ਵਾ। ਅਤੇ ਲੇਕਿਨ ਹੁਣ ਤਿੰਨ ਚਾਰ ਆਪਣਾ ਇੰਦਰਜੀਤ ਜੀ ਮੈਨੂੰ 3-4 ਦਿਨ ਤੋਂ ਗੱਲ ਕਰ ਸੀ, ਐਤਕੀ ਨਹੀਂ ਕੱਟਾਂਗਾ ਮੈਂ, ਕਿਉਂਕਿ ਮੇਰਾ ਨਾ ਇਹਨਾਂ ਦਾ ਨਾਂ ਚੜਿਆ ਹੋਇਆ ਕੁਛ ਹੋਰ ਨਾਂ ਦੇ ਉੱਤੇ। ਐ 2 ਵਾਰ ਅਸੀਂ ਕੱਟ ਚੁੱਕੇ, ਤੀਜੀ ਵਾਰ ਨਹੀਂ ਕੱਟਣੀ ਸੀ। ਕਿਉਂ ਨਹੀਂ ਕੱਟਣੀ ਹੈਗੀ, ਕਿ ਵਾਰ ਵਾਰ ਇਹ ਕੰਮ 'ਤੇ ਲੱਗੇ ਰਹਿਣਾ ਸੀ। ਹੈਂ ਦੇਖੋ ਬੰਟੀ ਵੀ ਨਾਲ ਕਿੱਦਾਂ ਕੈਮਰਾ ਚਲਾ ਰਿਹਾ ਹੈਗਾ ਵਾ, ਇੱਦਾਂ ਆਪਣਾ ਇੰਦਰਜੀਤ ਇੱਦਾਂ ਕੰਮ ਕਰਦੇ ਰਹੀ ਦਾ ਸੀ। ਤਾਂ ਜਨਰਲ ਗੱਲਾਂ ਹੁੰਦੀਆਂ ਨੇ, ਤੂੰ ਕਿਹਾ ਮੈਨੂੰ ਯਾਰ ਤੂੰ ਵੀ ਬੁੱਢਾ ਹੋ ਗਿਆ, ਮੈਂ ਵੀ ਬੁੱਢਾ ਹੋ ਗਿਆ, ਵੀ ਮੈਂ ਆਪਣੇ ਨੂੰ ਬੁੱਢਾ ਨਹੀਂ ਕਹਿੰਦਾ ਹੈਗਾ, ਮੈਂ ਤਾਂ ਕੁਛ ਕੀਤਾ ਹੀ ਨਹੀਂ ਅਜੇ, ਮੇਰੇ ਤਾਂ ਨਿਆਣੇ ਨਿੱਕੇ ਨਿੱਕੇ ਆ ਜੇ। ਇਹ ਤਾਂ ਤੁਸੀਂ ਆਪਣੇ ਆਪ ਨੂੰ ਕਰ ਲਿਆ ਹੈਗਾ, ਤੁਸੀਂ ਨਾ ਕਰਿਆ ਕਰੋ ਕਿਸੇ ਨਾ ਕਰਿਆ ਕਰੇਗਾ, ਤੂੰ ਮੈਂ ਤਾਂ ਜਵਾਨ ਹੂੰ, ਅਭੀ ਤਾਂ ਮੈਂ ਜਵਾਨ ਹੂੰ, ਜਵਾਨ ਹੀ ਰਹਿੰਦਾ ਬੰਦਾ, ਬੁੱਢਾ ਕਦੇ ਨਹੀਂ ਹੁੰਦਾ ਹੈਗਾ। ਹਿੰਮਤ ਹੈ ਨਾ ਤੁਹਾਡੇ, ਜਿਵੇਂ 85 ਸਾਲ ਦੇ ਕੱਲ੍ਹ ਬਜ਼ੁਰਗ ਨੂੰ ਦੇਖਿਆ, ਉਹ ਮੇਖਾ ਠੋਕ ਰਿਹਾ ਸੀਗਾ, 85 ਸਾਲ ਦਾ ਬਜ਼ੁਰਗ ਵੀ। ਆਪਣੇ ਵੀਡੀਓ ਦੇਖੋ ਨਾ ਚੈਨਲ ਦੇ ਸਾਡੇ ਦੇ, 90 ਸਾਲ ਵਾਲੇ, 85 ਸਾਲ ਵਾਲੇ ਜਿਹੜੇ ਬੰਦੇ ਹਿੰਮਤ, ਜਿਹੜੇ ਹਾਰਦੇ ਨਹੀਂ ਨਾ ਹੈਗੇ, ਕੰਮ ਕਰਦੇ ਹੈਗੇ, ਉਹ ਬੁੱਢੇ ਨਹੀਂ ਕਦੇ ਹੁੰਦੇ ਹੈਗੇ। ਬੁੱਢੇ ਤੁਸੀਂ ਆਪਣੀ ਸੋਚ ਨਾਲ ਹੋ ਜਾਂਦੇ ਹੈਗੇ ਹੋ, ਜਾਂ ਤੁਹਾਡੀ ਸੋਚ ਗਈ ਨਾ ਤਾਂ ਤੁਸੀਂ ਗਏ, ਕਦੀ ਨਾ ਅਸੀਂ ਇੱਦਾਂ ਕਹੀ। ਬਾਕੀ ਵਕਤ ਜਿਹੜਾ ਨਾ ਸਾਰਾ ਕੁਛ ਨਾ ਬਚਪਨ ਤੋਂ ਲੈ ਕੇ ਨਿਕਲਦਾ ਬੰਦਾ, ਇਹਨੇ ਅਖਬਾਰ ਕੱਢਣੀ ਸੀਗੀ, ਮੈਗਜ਼ੀਨ ਕੱਢਣੀ ਸੀ, ਮੈਂ ਵੀ ਅਖਬਾਰ ਕੱਢਣੀ ਸੀਗੀ। ਆਹ ਮੈਡਮ ਬੈਠੇ ਆਏ ਐਂਕਰ ਨੇ, ਇੱਦਾਂ ਦਿਖਾਓ ਯਾਰ, ਮੈਡਮ ਵੀ ਦਿਖਾਓ, ਦੇਖੇ ਮੈਡਮ ਵੀ ਐਂਕਰਿੰਗ ਕਰਦੇ, ਚੰਡੀਗੜ੍ਹੋਂ ਆਉਂਦੇ ਨੇ, ਇਹ ਇੰਟਰਵਿਊ ਲੈਂਦੇ ਨੇ, ਗੱਲਬਾਤ ਕਰਦੇ ਨੇ, ਕਿਉਂਕਿ ਇਹਨਾਂ 'ਚ ਜਨੂੰਨ ਆ, ਪੇਸ਼ੈਂਟ ਆ ਕਿ ਮੈਂ ਕੁਛ ਕਰਾਂ, ਕੁਛ ਕਰਨ ਦੇ ਲਈ ਬੰਦਾ ਅੱਗੇ ਵੱਧਦਾ। ਨਹੀਂ ਤਾਂ ਬਾਕੀ ਲੇਡੀਜ਼ ਜਿਹੜੀਆਂ ਨੇ, ਬਾਕੀ ਵੁਮੈਨ ਜਿਹੜੀਆਂ ਨੇ, ਉਹ ਵੀ ਤਾਂ ਘਰ ਬੈਠੀਆਂ ਨੇ, ਇਹ ਵੀ ਬਹਿ ਸਕਦੇ ਨੇ, ਨਹੀਂ ਕੁਛ ਕਰਨਾ, ਜ਼ਿੰਦਗੀ ਚੱਲਣੇ ਦਾ ਨਾਮ ਹੈ ਨੇਗੀ। ਇੰਦਰਜੀਤ ਕੰਪਰੋਮਾਈਜ਼ ਵੀ ਕਰਨਾ ਪੈਂਦਾ, ਸੈਕਰੀਫਾਈਜ਼ ਵੀ ਕਰਨਾ ਪੈਂਦਾ, ਉਹ ਕਰ ਰਹੇ ਆ, ਤੇ ਆਪਣੇ ਆਪ ਨੂੰ ਨਾ ਇੱਕ ਹਾਈ ਲੈਵਲ ਤੇ ਪਹੁੰਚਾਉਣਾ ਚਾਹੁੰਦੇ ਆ, ਜਿਹਦੇ ਵਿੱਚ ਸਰ ਮੇਰੀ ਬਹੁਤ ਹੈਲਪ ਕਰਦੇ ਪਏ ਆ, ਕਿਉਂਕਿ ਮੈਂ ਸ਼ੁਰੂਆਤ ਹੀ ਸਾਰਾ ਉਹਨਾਂ ਤੋਂ ਕੀਤੀ ਹੈ, ਔਰ ਮੈਂ ਮਤਲਬ ਇਸੇ ਉਮੀਦ 'ਚ ਹਾਂ ਕਿ ਜੇ ਆਪ ਸਰ ਅਤੇ ਮੈਂ ਜੇ ਅਸੀਂ ਨਾ ਅੱਗੇ ਜਾਵਾਂਗੇ, ਇਕੱਠੇ ਜਾਵਾਂਗੇ, ਨਾ ਸਾਥ ਛੱਡਣਾ ਹੈ, ਇਕੱਠੇ ਰਹਿਣਾ ਹੈ, ਇਕੱਠੇ ਕੰਮ ਕਰਾਂਗੇ। ਦੇਖੋ ਪਤਾ ਗੱਲ ਕੀ ਹੈਗੀ, ਅੱਛੇ ਆਦਮੀ ਹੈ ਇੰਦਰ, ਜਿਹੜੇ ਸਾਡੇ ਨਾ ਸੀਨੀਅਰ ਸਿਟੀਜ਼ਨ, ਜਿਹੜੇ ਸੀਨੀਅਰ ਜਿਹੜੇ ਹੈਗੇ ਆਪਣੇ ਪੱਤਰਕਾਰ ਨੇ, ਸਾਨੂੰ ਅਸੀਂ ਸਭ ਕੁਝ ਦੇਖਿਆ ਹੋਇਆ ਹੈਗਾ, ਸਾਨੂੰ ਪਤਾ ਕਿੱਦਾਂ ਦੇ ਪੱਤਰਕਾਰ ਹੁੰਦੇ, ਕੀ ਜਰਨਲਿਜ਼ਮ ਹੁੰਦਾ ਹੈਗਾ ਵਾ, ਸਾਨੂੰ ਐਂ ਪਤਾ ਕਿੱਦਾਂ ਸਾਨੂੰ ਸਟਰਗਲ ਕਰਨ ਤੋਂ ਬਾਅਦ ਸਾਨੂੰ ਹੈਂਡ ਟੂ ਮਾਊਥ ਹੀ ਹੁੰਦੇ ਹਾਂ ਅਸੀਂ, ਇੰਨੀ ਕੋਈ ਇਨਕਮ ਨਹੀਂ ਹੈ, ਕਿਉਂਕਿ ਅਸੀਂ ਪ੍ਰੋਫੈਸ਼ਨਲ ਜਿਹੜਾ ਕਰਦੇ ਨਾ, ਲੋਕਾਂ ਦੀ ਸੋਚ ਬਦਲਣੀ ਕਰਦੇ ਪਏ ਹਾਂ। ਜੇ ਮਨੀ ਕਮਾਉਣ ਲਈ ਕਰਨਾ ਹੋਵੇ ਤਾਂ ਬਹੁਤ ਢੰਗ ਹੈਗੇ ਆ, ਫਿਰ ਬੰਦਾ ਕੋਈ ਹੋਰ ਹੀ ਧੰਦਾ ਕਰ ਲਵੇ,
ਇਹ ਜਿਹੜਾ ਪ੍ਰੋਫੈਸ਼ਨ ਜਿਹੜਾ ਹੈਗਾ ਨਾ ਇੰਦਰਜੀਤ ਜੀ, ਸਿਰਫ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਆ, ਸਮਝਾਉਣ ਦੇ ਲਈ ਆ। ਤੁਸੀਂ ਤਾਂ ਅੱਜ ਤੱਕ ਸੱਤ ਸਮੁੰਦਰ ਤੋਂ ਪਾਰ ਜੇ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕੀਤਾ ਹੁੰਦਾ ਤਾਂ 1000 ਬੰਦਾ ਭੇਜਣ ਦਾ ਤਾਂ ਕਰੋੜ ਕਰੋੜ ਦੇ ਤੁਸੀਂ ਚੱਕਰ ਮਾਰਨਾ ਸੀ, ਕਿੰਨੇ ਕਰੋੜ ਰੁਪਇਆ ਹੈ। ਅਤੇ ਇੱਦਾਂ ਹੀ ਹੁੰਦਾ ਵਾ, ਜਿਹਨੇ ਕਿ ਕਹਿਣ ਦਾ ਮਤਲਬ ਜੇ ਤੁਸੀਂ ਲੋਕਾਂ ਨੂੰ ਸਮਾਜ ਨੂੰ ਬਦਲਣ ਦੇ ਲਈ ਇੰਦਰਜੀਤ ਜੀ ਜੇ ਤੁਸੀਂ ਲੋਕਾਂ ਦੇ ਭਲੇ ਲਈ ਕੰਮ ਕਰੋਗੇ ਤਾਂ ਤੁਹਾਨੂੰ ਕਠਿਨਾਈਆਂ ਆਉਣਗੀਆਂ ਵੀ, ਮੁਸ਼ਕਲਾਂ ਵੀ ਆਉਣਗੀਆਂ, ਪਰ ਤੁਹਾਡੀ ਹਿੰਮਤ ਆ ਤੁਸੀਂ ਕਦ ਤੱਕ ਚਲਾ ਸਕਦੇ ਹੈਗੇ ਹੋ। ਬਾਕੀ ਤਾਂ ਰੱਬ ਨੇ ਲੇਖਾ ਦਿੱਤਾ ਹੁੰਦਾ ਵਾ। ਤੁਸੀਂ ਮੈਨੂੰ ਮਿਲਣਾ ਸੀ, ਮੈਂ ਮੈਡਮ ਨੂੰ ਮਿਲਣਾ ਸੀਗਾ, ਅਸੀਂ ਇੱਥੇ ਆਉਣਾ ਸੀ, ਤੁਸੀਂ ਚਾਹ ਪੀਣੀ ਸੀ ਇਹਨਾਂ ਕੋਲੋਂ, ਸਾਰੀਆਂ ਗੱਲਾਂ ਸੁਣ ਲੈਣ, ਕਿਉਂਕਿ ਜੇ ਰਾਈਟਰ ਹੁੰਦਾ ਉਹਨਾਂ ਲੇਖਕ ਜਿਹੜਾ ਹੁੰਦਾ ਉਹ ਦਿਮਾਗ 'ਚ ਗੱਲਾਂ ਆਈ ਜਾਂਦੀਆਂ ਨੇ ਉਹ ਮੈਨੂੰ ਬੜੀ ਦੇਖ ਰਹੇ ਨੇ, ਐਨਾਲਿਸਿਸ ਕਰ ਰਹੇ ਨੇ ਮੈਂ ਕਿਹੜੀ ਕਿਹੜੀ ਗੱਲ ਕਰਦਾ ਪਿਆ, ਯਾਰ ਇੱਦਾਂ ਮੈਂ ਵੀ ਗੱਲ ਕਰਾਂ ਜਾਂ ਇੱਦਾਂ ਇਹ ਚਲਾਉਂਦਾ ਪਿਆ, ਇਹ ਕਰਦਾ ਪਿਆ, ਦਿਮਾਗ 'ਚ ਬੰਦੇ 'ਤੇ ਗੱਲਾਂ ਆਉਂਦੀਆਂ ਰਹਿੰਦੀਆਂ ਨੇ। ਸੋਚ ਬਦਲੋ, ਸਮਾਜ ਬਦਲੇ, ਜ਼ਿਆਦਾ ਗੱਲਾਂ ਨਹੀਂ ਕਰਾਂਗੇ, ਲੰਬਾ ਕੰਮ ਹੋ ਗਿਆ।